नमस्कार, आप देख रहे हैं फास्ट न्यूज इंडिया। हमारे साथ जुड़े रहने के लिए हमारे यूट्यूब चैनल को सब्सक्राइब करें और फेसबुक पेज को। ਬ੍ਰੇਕ ਲਾਤੀ ਤੇ ਪਿੱਛੋਂ ਦੇਖੋ ਕਿੱਥੋਂ ਮੁੰਡਾ ਬ੍ਰੇਕ ਦਾ, ਮਤਲਬ 200 ਮੀਟਰ ਤੋਂ ਬ੍ਰੇਕਾਂ ਗੱਡੀ ਦਾ ਟਾਇਰ ਜਿਹੜੇ ਰਗੜਦੇ ਆ ਰਹੇ। ਤੇ ਫਿਰ ਦੂਜੇ ਨੰਬਰ ਤੇ ਦੇਖੋ ਜੋ ਹੋ ਗਿਆ ਕੋਈ ਗੱਲ ਨੀ, ਮਿਸਲਾ ਆਪਣੀ ਹੋ ਜਾਂਦੀ ਹੈ। ਇਹਨਾਂ ਦਾ ਫਰਜ਼ ਬਣਦਾ ਜੀ ਇੱਥੇ ਆ ਕੇ ਰੁਕਦੇ, ਇਹਨਾਂ ਨੂੰ ਆ ਕੇ ਕੱਢਦੇ ਜੀ। ਕਿਸੇ ਨੇ ਆ ਕੇ ਲਾਗੇ ਕੋਈ ਖੜਿਆ ਨੀ, ਲਾਗੇ ਪਿੰਡ ਆ, ਲਾਗੇ ਉਹਨਾਂ ਦੇ ਘਰ ਨੇ, ਨਾ ਕੋਈ ਲਾਗੇ ਖੜਿਆ, ਨਾ ਉਹਨਾਂ ਨੂੰ ਪੁੱਛਿਆ ਜੀ। ਬਾਹਰ ਦੇ ਲੋਕਾਂ ਨੇ ਹਰੇ ਰਾਹਗੀਰਾਂ ਨੇ ਆ ਕੇ ਜਾਂ ਅਸੀਂ ਆ ਕੇ ਉਹਨਾਂ ਨੂੰ ਵਿੱਚੋਂ ਗੱਡੀ ਚੋਂ ਕੱਢਿਆ ਤੇ ਉਹਨਾਂ ਨੂੰ ਹਰੇਗੜ੍ਹ ਚੂੜੀਆਂ ਗੁਰੂ ਨਾਨਕ ਹਸਪਤਾਲ ਰੈਫਰ ਕੀਤਾ ਸੀਗਾ। ਇੱਥੋਂ ਅਸੀਂ ਭੇਜਿਆ ਇਲਾਜ ਕਰਾਉਣ। ਉਹਨਾਂ ਨੇ ਅੱਗੇ ਮਤਲਬ ਸੱਟ ਜ਼ਿਆਦਾ ਵੇਖਦੇ ਹੋਏ ਅੱਗੇ ਰੈਫਰ ਕਰਤਾ ਆ, ਤੇ ਅੱਗੇ ਹੁਣ ਮਤਲਬ ਉਹਨਾਂ ਨੇ ਅੱਗਾ ਜੋ ਵੀ ਕਾਰਵਾਈ ਮਤਲਬ ਹੋਏਗੀ ਦੇਖਾਂਗੇ ਜੀ। ਮੁੰਡਾ ਮਤਲਬ ਭਰਾ ਵੱਡਾ ਮੇਰਾ, ਵੋਟਾਂ ਦੇ ਕਾਗਜ਼ ਭਰਨ ਜਾਣ ਡੇ ਡੇਰਾ ਬਣਾਣ ਕਾ। ਇਹ ਨਿੱਕੋ ਸਰਾ ਆਉਂਦਾ, ਵੱਡੀ ਨਿੱਕੋ ਸਰਾ ਨੰਗੜਾ ਤੇ ਨਿੱਕੀ ਨਿੱਕੋ ਸਰਾ ਟਰੈਕਟਰ ਦੇ ਨੂੰ ਟਰੈਕ ਮਾਰ ਕੇ ਗੱਡੀ ਦੇ ਟਰੈਕਟਰ ਕੀਤਾ, ਉਹਦੇ ਨਾਲ ਆੜਾ ਨੁਕਸਾਨ ਕਾਫੀ ਆ ਤੇ ਟਰੈਕਟਰ ਮੌਕੇ ਤੇ ਭਜਾ ਦਾ ਪਿੰਡ ਵਾਲੇ ਬੰਦਿਆਂ ਨੇ। ਸਰ 6 ਸਵਾਰੀ ਚਾਹਾਂ ਨੂੰ ਸੱਟ ਲੱਗੀਆਂ, ਟਾਈਮ ਸਾਰੇ ਸਾਰੇ ਦੇ ਦਾਖਲ ਕਰਾਇਆ ਸਰਕਾਰੀ ਹਸਪਤਾਲ। ਸਰ ਸੱਟ ਜ਼ਿਆਦੀ ਆ, ਇਹਨਾਂ ਸਾਰਾ ਟਰੈਕਟਰ ਮਾਰ ਕੇ ਬਿਲਕੁਲ ਖਲਾ ਰਿਹਾ ਵੀ ਨਹੀਂ। ਅਸੀਂ ਆ ਕੇ ਗੱਡੀ ਵਿੱਚ ਸਾਨੂੰ ਕੰਪਲੇਂਟ ਆਈ ਜੀ ਕੰਟਰੋਲ ਰੂਮ ਤੋਂ। ਅਸੀਂ ਮੌਕੇ ਤੇ ਪਹੁੰਚੇ ਆ, ਆਣ ਕੇ ਅਸੀਂ ਦੇਖਿਆ ਕਿ ਇੱਕ ਕਾਰ ਦਾ ਐਕਸੀਡੈਂਟ ਹੋਇਆ ਜੋ ਟਰੈਕਟਰ ਦੇ ਨਾਲ ਹੋਇਆ। ਟਰੈਕਟਰ ਵਾਲਾ ਮੌਕੇ ਤੋਂ ਲੈ ਗਿਆ ਟਰੈਕਟਰ ਆਪਣਾ ਜੀ, ਬਾਕੀ ਜਿੰਨਾ ਬੰਦਿਆਂ ਨੂੰ ਸੱਟਾਂ ਲੱਗੀਆਂ ਨੇ ਉਹਨਾਂ ਫਤਿਹਗੜ੍ਹ ਰੈਫਰ ਕਰ ਦਿੱਤਾ ਹੈ, ਤੇ ਬਾਕੀ ਜੋ ਗਾੜੀ ਕਾਨੂੰਨੀ ਕਾਰਵਾਈ ਹੋਗੀ ਉਹ ਥਾਣੇ ਵਾਲੇ ਕਰਨਗੇ। 5 ਜਣੇ ਵਸੇ ਰਹੇ ਨੇ ਕਾਰ ਦੇ ਵਿੱਚ ਜੀ, ਹਾਂਜੀ, ਤੇ 4 ਜਣਿਆਂ ਨੂੰ ਸੱਟਾਂ ਲੱਗੀਆਂ ਨੇ, ਹਾਂਜੀ, ਤੇ ਬਾਕੀ ਠੀਕ ਹੈ। ਸਾਰੇ ਹੀ ਇਲੈਕਸ਼ਨ ਦੇ ਫਾਰਮ ਭਰਨ ਜਾ ਰਹੇ ਡੇਰਾ ਬਾਬਾ ਨਾਨਕ, ਇੱਧਰੋਂ ਇੱਕ ਟਰੈਕਟਰ ਨਿਕਲਿਆ ਦੂਜੀ ਸਾਈਡ ਤੋਂ ਤੇ ਉਹਨਾਂ ਵੇਖਿਆ ਨੇ ਤੇ ਕਾਰ ਦੇ ਵਿੱਚ ਵੜ ਕੇ ਟਕਰਾ ਗਏ।